ਆ ਕੰਜੇ ਦਾ ਨਵਾਂ ਬੈਂਚ ਉਹ ਕਰ ਦੋ ਕੰਜੇ ਥੱਲੋਂ ਦੀ ਨਿਕਲਣ ਵਾਲਾ ਕਰ ਸਕਿਆ। ਅੱਛਾ ਟੁੱਟ ਜਾਂਦਾ ਹੈ। ਹਾਂ ਠੀਕ ਹੈ। ਇਹ ਤੇ ਮੂਸੇ ਵਾਲੇ ਨੇ ਉਹ ਬਣਾਈ ਹੋਈ ਹੈ ਜੀ ਸ਼ੂਟਿੰਗ ਜੀ। ਅੱਛਾ ਆ ਮੇਜ਼ ਦੇ ਉੱਤੇ ਸਿੱਧੂ ਮੂਸੇ ਵਾਲੇ ਨੇ ਸ਼ੂਟਿੰਗ ਕੀਤੀ ਹੈ। ਠੀਕ ਹੈ, ਫਿਰ ਤੂੰ ਤਾਂ ਉੱਥੋਂ ਥੱਲੇ ਉਤਰਨਾ ਚਾਹੀਦਾ ਯਾਰ। ਹਾਂ ਜੀ ਹੈ, ਉਤਰ ਜਾਂਦੇ ਆ ਜੀ। ਕੌਣ ਸੀ ਓਏ? ਕਰਨੀ ਆਏ ਗਰਮੇਲ ਦਾ ਮੁੰਡਾ, ਦੇਖੀ ਹੁਣ ਧੁੱਪੇ ਜਾਂਦਾ ਨਾ ਤੇ ਲਾਲ ਲਾਲ ਰੰਗ ਹੋ ਜਾਊ ਇਹਦਾ, ਦੇਖੀ ਚੱਲੀ। ਅੱਛਾ ਯਾਰ, ਜੇ ਇੱਥੇ ਭੈਣ ਦੀ ਅਸੀਂ ਧੁੱਪੇ ਬਾਹਰ ਨਿਕਲ ਜਾਈਏ, ਰੰਗ ਸਾਈਕਲ ਦੀ ਕਾਠੀ ਵਰਗਾ ਹੋ ਜਾਂਦਾ। ਅੱਗੇ ਬੱਬਾ, ਅੱਗੇ ਬੱਬਾ ਤੇਰਾ ਨਾਂ ਕੀ ਆ? ਕਣਵੀਰ ਕੌਰ ਤਾਂ ਸਿੰਘ ਗਰੇਵਾਲ ਪਤੰਦਰਾ ਸਾਰਾ ਉਡਾ ਉਡਾ ਦਾ ਦੇ ਨਾਂ ਨਾ ਚੱਕੀ ਫਿਰਦਾ। ਓਏ ਬਰਾਦਰ ਚੱਲੇਗਾ? ਹਾਂ, ਕਿਹਦਾ ਵਿਆਹ ਹੈ? ਆਈਦਾ ਗਾ ਇਹਦਾ ਮੂੰਹ ਦਾ ਇਹਦਾ ਪਾਰਟੀ ਚ ਜਰਦਾ ਮਸਲਾ ਹੁੰਦਾ। ਥੋਲੇ ਫਿਰ ਸਕੂਲ ਦੇ ਵਿੱਚ ਕਿਉਂ ਨਹੀਂ ਜਾਂਦਾ ਹੁੰਦਾ? ਜਦੋਂ ਅਸੀਂ ਆਏ ਸੀ ਅਸੀਂ 2:30 ਵਜੇ ਤੇਰੇ ਕੋਲ ਪਹੁੰਚੇ ਆ, ਪਤੰਦਰਾ ਤੂੰ ਦਰਜਾਈ 'ਚ ਪਿਆ ਸੀ। ਸਾਨੂੰ ਐ ਹੋ ਗਿਆ ਸੀ ਵੀ ਸਕੂਲ ਜਾਵਾਂਗੇ, 2:30 ਵਜੇ ਤੱਕ ਪਈ ਰਹੇ ਜੀ। 2:30 ਵਜੇ ਤੱਕ ਪਿਆ ਹੀ ਰਿਹਾ ਹੈ। ਜਦੋਂ ਛੁੱਟੀ ਹੋ ਗਈ ਉਦੋਂ ਉੱਠ ਖੜਾਂਗੇ। ਜਦੋਂ ਛੁੱਟੀ ਹੋ ਗਈ ਤਦੋਂ ਉੱਠ ਪਿਆ ਹੈ। ਹਾਂ ਜੀ। ਅੱਛਾ ਉਹ ਉਹਨੇ ਆਖਿਆ ਸੀ ਵੀ ਠੋਲੀ ਰੱਖ ਦਿੰਦੇ ਆ ਤੇਰਾ ਨਾਂ। ਠੋਲਾ ਕਿਉਂ ਰੱਖਿਆ ਸੀਗਾ? ਠੋਲਾ ਹੀ ਉਸ ਵੀਡੀਓ ਦਾ ਕਰਕੇ ਨਾ ਨਾ ਨਾਲੇ ਕਹਿੰਦੇ ਤੇਰਾ ਠੋਲਾ ਠੱਲਾ ਕਢਾਤਾ ਸੀਗਾ ਕਿਸੇ ਨੇ? ਕਢਾਇਆ ਸੀ ਜੀ ਪਹਿਲਾਂ ਜੀ। ਫਿਰ ਤਾਂ ਹੀ ਨਾਮ ਪਿਆ ਸੀ? ਹਾਂ ਜੀ, ਹੁਣ ਵਾਲ ਕਟਾਏ ਆ ਜੀ। ਅੱਛਾ ਹੁਣ ਹੋਰ ਕਟਾਤੇ? ਹਾਂ ਜੀ। ਠੀਕ ਹੈ, ਨਾਲੇ ਕਹਿੰਦਾ ਪਹਿਲਾਂ ਐ ਠੋਲਾ ਐ ਐ ਮਾਰਦੇ ਹੁੰਦੇ ਸੀਗੇ। ਹਾਂ ਜੀ ਐ ਸਾਡੂ ਲੱਗੇ ਤੇ। ਹਾਂ ਜੀ, ਮਾਰ ਕੇ ਦੇਖ ਲਈਏ, ਹੁਣ ਤਾਂ ਪੱਕਾ ਹੋਇਆ ਪਿਆ ਸੀ ਰਹਿਣਾ ਤੇਰਾ, ਟੋਲੇ ਮਾਰ ਮਾਰ ਕੇ ਸਾਰਾ ਸਰੀਰ ਹੀ ਪੱਕਾ ਹੀ। ਬੋਲੀ ਹੋਲੀ ਬਾਬਾ ਦੇਖ ਰਹੇ ਸਾਰੇ ਦੋਸਤੋ ਨੂੰ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੁਖੀ। ਦੋਸਤੋ ਅੱਜ ਇੱਕ ਖਾਸ ਸ਼ਖਸੀਅਤ ਦੇ ਨਾਲ ਮਿਲਾਵਾਂਗੇ, ਜਿਸ ਦੀ ਉਮਰ ਹੈਗੀ ਹੈ 10-12 ਸਾਲ ਦਾ ਬੱਚਾ ਇੱਕ, ਅਤੇ ਲੋਕਾਂ ਦਾ ਮਨੋਰੰਜਨ ਬਹੁਤ ਕਰਦਾ। ਇੰਸਟਾਗ੍ਰਾਮ 'ਤੇ ਰੀਲਾਂ ਦੇਖਦੇ ਹੁੰਦੇ ਹੋ ਤੁਸੀਂ, ਤਾਂ ਰੀਲਾਂ ਦੇ ਵਿੱਚ ਢਿੱਡ ਦੁਖਣ ਲਾ ਦਿੰਦਾ, ਇੰਨੀ ਹੱਸੀ ਕਢਾਉਂਦਾ, ਅਤੇ ਅੱਜ ਆਪਾਂ ਠੋਲੇ ਨੂੰ ਬੁਲਾਵਾਂਗੇ। ਠੋਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਠਾਕ ਹੀ ਹੈ ਜੀ। ਠੀਕ ਠਾਕ ਹੈ। ਹਾਂ ਜੀ, ਆ ਕੰਜੇ ਦਾ ਨਵਾਂ ਬੈਂਚ ਉਹ ਕਰ ਦੋ ਕੰਜੇ ਥੱਲੋਂ ਦੀ ਨਿਕਲਣ ਵਾਲਾ ਕਰ ਸਕਿਆ। ਅੱਛਾ ਟੁੱਟ ਜਾਂਦਾ ਹੈ? ਹਾਂ ਠੀਕ ਹੈ। ਇਹ ਤੇ ਮੂਸੇ ਵਾਲੇ ਨੇ ਉਹ ਬਣਾਈ ਹੋਈ ਹੈ ਜੀ ਸ਼ੂਟਿੰਗ ਜੀ। ਅੱਛਾ ਆ ਮੇਜ਼ ਦੇ ਉੱਤੇ ਸਿੱਧੂ ਮੂਸੇ ਵਾਲੇ ਨੇ ਸ਼ੂਟਿੰਗ ਕੀਤੀ ਹੈ। ਠੀਕ ਹੈ, ਫਿਰ ਤੂੰ ਤਾਂ ਉੱਥੋਂ ਥੱਲੇ ਉਤਰਨਾ ਚਾਹੀਦਾ ਯਾਰ। ਹਾਂ ਜੀ ਹੈ, ਉਤਰ ਜਾਂਦੇ ਆ ਜੀ ਥੱਲੇ ਨਾ ਉੱਤੇ। ਠੋਲੇ ਫਿਰ ਕਿਵੇਂ ਕਿਵੇਂ ਜ਼ਿੰਦਗੀ ਕਿਵੇਂ ਹੈ ਠੋਲੇ ਦੀ? ਕਿਵੇਂ ਹੈ ਠੋਲਾ? ਠੋਲਾ ਨਾਮ ਕਿਵੇਂ ਪਿਆ ਪਹਿਲਾਂ? ਨਾਮ ਤਾਂ ਜੀ ਪੈ ਗਿਆ ਜੀ ਅਸੀਂ। ਕੀ ਠੋਲੇ 'ਚ ਖਾਸ ਕੀ ਹੈ? ਕੀ ਇੰਸਟਾਗ੍ਰਾਮ ਦੇ ਉੱਤੇ ਕਿਉਂ ਕਿਵੇਂ ਲੋਕਾਂ ਦਾ ਮਨੋਰੰਜਨ ਕਿਵੇਂ ਕਰਦਾ? ਬਸ ਜੀ ਐਂ ਕਰੀ ਜਾਂਦੇ ਜੀ। ਕਿਵੇਂ, ਕੋਈ ਦੱਸ ਖਾਸ ਗੱਲ ਦੱਸ ਤੇਰੇ 'ਚ। ਖਾਸ ਗੱਲ ਤਾਂ ਪਤਾ ਨਹੀਂ ਜੀ ਕੀ ਹੈ। ਤੂੰ ਰੀਲਾਂ ਦੇ ਵਿੱਚ ਜਿਵੇਂ ਦੱਸਦਾ ਹੁੰਦਾ ਵੀ ਜਿਵੇਂ ਆਪਾਂ ਕਹਿ ਲਈਏ ਆ ਬਾਬਾ ਸਾਰਾ ਉਡਾੜਾ ਆਪਦੇ ਨਾਮ ਨਾਲ ਹੀ ਚੱਕੀ ਫਿਰਦਾ ਹੈ, ਉਹ ਸਾਰੇ ਡਾਇਲੌਗ ਤੇਰੇ ਨੇ? ਫਿਰ ਸੁਣਾ ਯਾਰ। ਮੇਰੇ ਭਰਾ ਦੇ ਆ ਜੀ। ਤੇਰੇ ਭਰਾ ਦੇ ਆ, ਸੁਣਾ ਦੇ ਫਿਰ ਕਿਵੇਂ ਸੀਗਾ ਉਹ ਡਾਇਲੌਗ। ਅੱਗੇ ਬੱਬਾ, ਅੱਗੇ ਬੱਬਾ ਤੇਰਾ ਨਾਂ ਕੀ ਆ? ਕਣਵੀਰ ਕੌਰ ਤਾਂ ਸਿੰਘ ਗਰੇਵਾਲ ਪਤੰਦਰਾ ਸਾਰਾ ਉਡਾ ਉਡਾ ਦਾ ਦੇ ਨਾਂ ਨਾ ਚੱਕੀ ਫਿਰਦਾ। ਠੀਕ ਹੈ, ਇਹ ਸਾਰੇ ਤੇਰੇ ਭਰਾ ਦੇ ਨੇ। ਤੇਰਾ ਡਾਇਲੌਗ ਕੀ ਹੈ ਸੁਣਾ ਫਿਰ ਇੱਕ ਅੱਧਾ। ਮੇਰਾ ਡਾਇਲੌਗ ਤਾਂ ਉਹੀ ਹੈ ਜੀ ਜਿਹੜਾ ਹੌਸਲਾ ਆਇਆ ਸੀ। ਸੁਣਾ। ਹਾਂ ਜੀ ਸੁਣਾ ਦੇ ਇੱਕ ਵਾਰੀ ਹੋਰ ਸੁਣਾ। ਇੱਕ ਭਾਅ ਸੀ, ਭਾਅ ਉਹਨੇ ਪਾਣੀ ਲਿਆ ਕੇ ਦਿਆ ਕਿ ਮੈਂ ਨਹੀਂ ਲਿਆ ਕੇ ਦਿੰਦੀ, ਲਾਪੜਿਆਂ ਪੈਣਗੇ ਮੀਂਹ 'ਚ ਡੱਡੂ ਡੇ ਦਿੰਦੇ ਆ। ਇਹ ਸਿਖਾਉਂਦਾ ਕੌਣ ਹੈ ਠੋਲੇ ਤੈਨੂੰ? ਇਹ ਜਗਵੰਤੀ। ਜਗਵੰਤੀ ਕੌਣ ਹੈ? ਟੀਡੀ ਦੀ, ਉਹ ਗੀਤ ਕੱਢਦਾ ਜੀ। ਅੱਛਾ, ਤੇ ਠੋਲੇ ਫਿਰ ਸਕੂਲ ਦੇ ਵਿੱਚ ਕਿਉਂ ਨਹੀਂ ਜਾਂਦਾ ਹੁੰਦਾ? ਜਦੋਂ ਅਸੀਂ ਆਏ ਸੀ ਅਸੀਂ 2:30 ਵਜੇ ਤੇਰੇ ਕੋਲ ਪਹੁੰਚੇ ਆ, ਪਤੰਦਰਾ ਤੂੰ ਦਰਜਾਈ 'ਚ ਪਿਆ ਸੀ। ਸਾਨੂੰ ਐਂ ਹੋ ਗਿਆ ਸੀ ਵੀ ਸਕੂਲ ਜਾਵਾਂਗੇ ਜੀ, 2:30 ਵਜੇ ਤੱਕ ਪਈ ਰਹੇ ਜੀ। ਅੱਛਾ, 2:30 ਵਜੇ ਤੱਕ ਪਿਆ ਹੀ ਰਿਹਾ ਹੈ। ਜਦੋਂ ਛੁੱਟੀ ਹੋ ਗਈ ਉਦੋਂ ਉੱਠ ਖੜਾਂਗੇ। ਜਦੋਂ ਛੁੱਟੀ ਹੋ ਗਈ ਤਦੋਂ ਉੱਠ ਪਿਆ ਹੈ। ਹਾਂ ਜੀ। ਤੇ ਠੋਲੇ ਡਾਇਲੌਗ ਸੁਣਾ ਦੇ ਯਾਰ, ਇਹ ਤਾਂ ਬਹੁਤ ਦੂਰੋਂ ਆਇਆ ਸੁਣ ਤੇਰੇ ਡਾਇਲੌਗ। ਉਹ ਸੀ ਜੀ ਇੱਕ ਆਹ ਜੀ, ਅੱਗੇ 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 ਆ ਵਾਲ ਕਿੰਨੇ ਨੇ ਕਟਾਏ ਆ ਕਿ 5 ਰੁਪਏ ਸਿਰ ਥੱਲੋਂ ਥੱਲੋਂ ਜੇ ਕੱਟਤੇ। ਅੱਛਾ ਨਾਈ ਕੋਲ ਤੂੰ ਗਿਆ ਸੀਗਾ? ਹਾਂ ਜੀ। ਕਿਵੇਂ ਫਿਰ ਉਹਨੂੰ ਕੀ ਆਖਿਆ ਸੀ ਜਾ ਕੇ? ਵੀ ਵਾਲ ਕੱਟਦੇ ਮੇਰੇ ਜੀ। ਅੱਛਾ, ਉਹਨਾਂ ਨੇ ਫਿਰ ਵੀਡੀਓ ਕਰਤੀ ਜੀ ਬਣਾ ਲਈ ਜੀ। ਨਹੀਂ ਨਹੀਂ 5 ਰੁਪਈਆਂ ਦੇ ਵਿੱਚ ਵਾਲ ਕਿਵੇਂ, ਤੂੰ ਕੀ ਆਖਿਆ ਉਹਨਾਂ ਨੂੰ ਜਾ ਕੇ? ਉਹੀ ਬਸ ਬਣਾ ਲਈ ਜੀ ਚਾਜੇ ਚ। ਅੱਛਾ, ਉਹ ਉਹਨੇ ਜਖ ਸਿਖਾਤਾ ਸੀ ਐ ਬੋਲ, ਉਹ ਤਾਂ ਉਹਨੇ ਲੱਤੇ 30 ਰੁਪਏ ਜੀ ਉਹ ਸਿਖਾਤਾ ਸੀ ਜੀ। ਅੱਛਾ, ਐ ਬੋਲ 5 ਰੁਪਏ ਥੱਲੇ ਥੱਲੇ ਕੱਟਤੇ। ਠੀਕ ਹੈ, ਮੈਂ ਸੱਚੀ ਪੁੱਛੀ 5 ਰੁਪਏ ਲਿੱਤੇ ਸੀ ਆ ਵਾਲ ਕਟਾਈ ਦੇ? ਹਾਂ ਜੀ। ਹਾਂ ਜੀ। ਅੱਛਾ, ਤੂੰ ਤੂੰ ਆਖਿਆ ਜਾ ਕੇ ਵੀ ਵਾਲ ਕਟਾਉਣੇ ਆ?
ਤੇ ਉਹ ਉਹ ਕਹਿੰਦੇ ਵੀ ਇੰਨੇ ਪੈਸੇ ਲੱਗਣਗੇ, ਤੂੰ ਕਹਿੰਦਾ ਵੀ 5 ਰੁਪਏ ਲੈ ਲਓ, ਸੈਡਾ ਸੈਡਾ ਕੱਢ ਦੋ ਹੈ, ਫਿਰ ਤੈਨੂੰ ਮੁਰਗਾ ਬਣਾ ਕੇ ਭੇਜਤਾ ਘਰੇ। ਫਿਰ ਦੂਜੇ ਦਿਨ ਮੈਡਮਾਂ ਤੋਂ ਡੰਡੇ ਪਏ। ਕੀ ਕਹਿੰਦੀ ਮੈਡਮ? ਮੈਡਮਾਂ ਕਹਿੰਦੇ ਹੱਥ ਕਰ ਲਾਉਣੇ ਆ ਡੰਡੇ। ਮੈਡਮਾਂ ਨੇ ਫਿਰ ਹੱਥ ਕਰ ਲਏ ਡੰਡੇ ਲਾਏ, ਕਰਤੇ ਗਰਮ ਹੱਥ, ਗਰਮ ਕਰੇ ਆਏ ਹੱਥ ਪੂਰੇ। ਤੇ ਠੋਲੇ ਫਿਰ ਮੰਮੀ ਪਾਪਾ ਕੀ ਕਰਦੇ? ਦਿਹਾੜੀ ਕਰਦੇ। ਤੇ ਫਿਰ ਤੂੰ ਪਤੰਦਰਾ ਤੂੰ ਸੁੱਤਾ ਹੀ ਰਹਿੰਦਾ 12 ਵਜੇ ਤੱਕ, ਸਕੂਲ ਕਿਉਂ ਨਹੀਂ ਜਾਂਦਾ? ਸਕੂਲ ਦੀ ਬਸ ਲਾਬੜਿਆਂ ਦਾ ਕਰਕੇ ਕੰਮ ਨਹੀਂ ਪੂਰਾ ਹੁੰਦਾ ਜੀ। ਕਿਉਂ ਕੰਮ ਕਿਉਂ ਨਹੀਂ ਪੂਰਾ ਹੁੰਦਾ? ਕਰਦੇ ਨੇ ਜੀ। ਨਾ ਯਾਰ ਕੰਮ ਕਰਿਆ ਕਰ, ਕਿਉਂਕਿ ਤੁਹਾਡੇ ਘਰ ਦੇ ਹਾਲਾਤ ਦੇਖੇ ਸੀ, ਘਰ ਦੇ ਹਾਲਾਤ ਤੁਹਾਡੇ ਨਾਜ਼ੁਕ ਨੇ, ਤੇ ਮਾਂ ਪਿਓ ਨੂੰ ਤੇਰਾ ਸਹਾਰਾ ਹੈ ਨਾ ਕਿ ਟੋਲਾ ਪੜ੍ਹ ਕੇ ਕੁਛ ਨਾ ਕੁਛ ਬਣੂਗਾ ਤਾਂ ਸਾਨੂੰ ਸਹਾਰਾ ਲੱਗੂਗਾ। ਤੇ ਤੂੰ ਪਤੰਦਰਾ ਤੂੰ ਸਕੂਲ ਹੀ ਨਹੀਂ ਜਾਂਦਾ, 2 ਵਜੇ ਤੇ ਤਾਂ ਸੁੱਤਾ ਹੀ ਰਹਿੰਦਾ। ਤੇ ਯਾਰ ਜਾਇਆ ਕਰ ਸਕੂਲ। ਤੇ ਹੋਰ ਕੋਈ ਨਵਾਂ ਡਾਇਲੋਗ ਸੁਣਾ ਦੇ, ਮੱਛਰਦਾਨੀ ਵਾਲਾ ਡਾਇਲੋਗ ਕਿਹੜਾ ਸੀਗਾ ਤੇਰਾ? ਮੱਛਰਦਾਨੀ ਵਾਲਾ ਨਹੀਂ ਆਉਂਦਾ ਜੀ। ਆਉਂਦਾ ਨਹੀਂ? ਨਾ ਜੀ। ਸੁਣਾ ਦੇ ਯਾਰ ਜੀ। ਅੱਜ ਠੋਲਾ ਕੰਫਿਊਜ਼ ਹੋਇਆ ਪਿਆ। ਹੈਂ? ਇਹ ਪਾਪਾ ਕੀ ਕਰਦੇ ਤੇਰੇ? ਕੰਮ ਨਹੀਂ। ਕੀ ਕੰਮ ਕਰਦੇ? ਦਿਹਾੜੀ। ਦਿਹਾੜੀ ਕਰਦੇ? ਹਾਂ ਜੀ। ਤੇ ਫਿਰ ਉਹ ਤੈਨੂੰ ਨਹੀਂ ਕਹਿੰਦੇ ਵੀ ਸਕੂਲ ਜਾ? ਕਹਿੰਦੇ ਹੁੰਦੇ ਆ ਜੀ ਵੀ ਬਾਗ ਜਾ ਸਕੂਲ ਪੜ੍ਹ ਕੇ ਕੁਛ ਬਣ ਜਾਏਗਾ। ਮੈਂ ਜਾਂਦਾ ਨਹੀਂ ਸਕੂਲ। ਜੇ ਠੁੱਲਾ ਜਾਂਦਾ ਤਾਂ 6 ਵਜੇ ਤਿਆਰ ਹੋ ਕੇ ਹੋ ਜਾਂਦਾ ਤਿਆਰ, ਤੇ ਬੈਂਡ ਦੇ ਮੂਹਰੇ ਖੜ ਜਾਂਦਾ, ਕਹਿੰਦਾ ਬੈਂਡ ਚੜਾਊਗੀ। ਨਹੀਂ ਨਹੀਂ ਜੇ ਤਿਆਰ ਹੁੰਦਾ ਬਸ ਉੱਥੇ ਬਹੀ ਰਹਿੰਦਾ। ਬੈਂਡ 'ਚ ਜਾਂਦਾ ਹੁਣ? ਹਾਂ ਜੀ। ਬੈਂਡ ਆਉਂਦੀ ਹੁੰਦੀ ਆ ਤੈਨੂੰ ਲੈਣ? ਹਾਂ ਜੀ। ਕਿਹੜੇ ਸਰਕਾਰੀ ਸਕੂਲ 'ਚ ਪੜ੍ਹਦਾ? ਹਾਂ ਜੀ। ਅੱਛਾ ਸਰਕਾਰੀ ਸਕੂਲ 'ਚ ਵੀ ਬੈਂਡ 'ਚ ਹੀ ਜਾਂਦਾ? ਜਾਂਦੀ ਹੈ ਜੀ। ਅੱਛਾ ਹਾਂਜੀ, ਉਹ ਬੈਂਡ ਚੜ੍ਹਦਾ ਹੁੰਦਾ? ਅੱਛਾ ਬੈਂਡ ਚੜ੍ਹਦਾ ਹੁੰਦਾ ਹੈ, ਫੀਲਿੰਗ ਲੈਂਦਾ ਹੁੰਦਾ ਵੀ ਮੈਂ ਤਾਂ ਬੈਂਡ 'ਚ ਜਾਊਂਗਾ। ਵੈਣ ਵਾਲੇ ਜਵਾਕ ਕਹਿੰਦੇ ਆ ਵੀ ਠੋਲਾ ਆ ਗਿਆ, ਠੋਲਾ ਆ ਗਿਆ ਜੀ। ਅਸੀਂ ਤੜਕੇ ਪਹੁੰਚੇ ਜਾਂਦੇ 7:30 ਵਜੇ ਜੀ। ਉਦੋਂ ਕੋਈ ਨਹੀਂ ਪਹਿਲੀ ਵਜਦਾ। ਅੱਛਾ ਉਹ ਤਾਂ ਕੱਲੇ ਆਂਟੀ ਹੁੰਦੇ ਆ ਸੰਭਰਨ ਵਾਲੀ ਜੀ। ਅੱਛਾ ਉਦੋਂ ਫਿਰ ਆਹੋ ਕਰ ਲੈਂਦੇ ਆ ਜੀ। ਅੱਛਾ ਤੇ ਉਹ 'ਚ ਚੜ ਕੇ ਜਾਂਦਾ ਵੈਣ 'ਚ? ਹਾਂ ਜੀ। ਫਿਰ ਤੈਨੂੰ ਐਂ ਲੱਗਦਾ ਵੀ ਮੈਂ ਤਾਂ ਯਾਰ ਵਧੀਆ ਸਕੂਲ 'ਚ ਪੜ੍ਹਦਾ ਹੋਊਗਾ ਹਨਾ, ਲੱਗਦਾ ਤੈਨੂੰ? ਹਾਂ ਜੀ। ਅੱਛਾ ਤੇ ਜਿਹੜੇ ਸਕੂਲ ਦੇ ਵਿੱਚ ਉਹ ਜਿਹੜੇ ਬੈਂਡ ਦੇ ਵਿੱਚ ਜਵਾਕ ਬੈਠੇ ਹੁੰਦੇ ਤੇ ਤੂੰ ਗੱਲਾਂ ਸੁਣਦੇ ਆ ਫਿਰ? ਹਾਂ ਜੀ, ਦੋ ਹੀ ਬੈਠੇ ਹੁੰਦੇ ਆ ਜੀ। ਦੋ ਹੀ ਹੁੰਦੇ ਆ? ਹਾਂ ਜੀ। ਦੋਸਤੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਮੁੰਡੇ 'ਚ ਟੈਲੈਂਟ ਬਹੁਤ ਹੈ ਯਾਰ। ਅਤੇ ਠੋਲਾ ਠੋਲਾ ਨਾਮ ਕੀ ਨੇ ਰੱਖਿਆ ਜੀ, ਪਹਿਲਾਂ ਤਾਂ ਐਂ ਦੱਸ। ਉਹ ਜਗਵੰਤ ਨੇ ਜੀ, ਟੀੜੀ ਦੀ ਨੇ, ਉਹ ਗੀਤ ਕੱਢਦਾ ਜੀ, ਉਹਨੇ ਰੱਖਿਆ ਜੀ। ਅੱਛਾ। ਉਹ ਉਹਨੇ ਆਖਿਆ ਸੀ ਵੀ ਠੋਲੀ ਰੱਖ ਦਿੰਦੇ ਤੇਰਾ ਨਾਂ। ਠੋਲਾ ਕਿਉਂ ਰੱਖਿਆ ਸੀਗਾ? ਠੋਲਾ ਜੀ ਉਸ ਵੀਡੀਓ ਦਾ ਕਰਕੇ ਨਾ, ਨਾਲੇ ਕਹਿੰਦੇ ਤੇ ਤੇਰਾ ਠੋਲਾ ਠੱਲਾ ਕਢਾਤਾ ਸੀਗਾ ਕਿਸੇ ਨੇ? ਕਢਾਇਆ ਸੀ ਜੀ ਪਹਿਲਾਂ ਜੀ। ਫਿਰ ਤਾਂ ਹੀ ਨਾਮ ਪਿਆ ਸੀ? ਹਾਂ ਜੀ, ਹੁਣ ਵਾਲ ਕਟਾਏ ਆ ਜੀ। ਅੱਛਾ, ਹੁਣ ਹੋਰ ਕਟਾਤੇ? ਹਾਂ ਜੀ। ਠੀਕ ਹੈ, ਨਾਲੇ ਕਹਿੰਦਾ ਪਹਿਲਾਂ ਐ ਠੋਲਾ ਐ ਮਾਰਦੇ ਹੁੰਦੇ ਸੀਗੇ? ਹਾਂ ਜੀ। ਐ ਠੋਲਾ ਕਹਿੰਦੇ? ਹਾਂ ਜੀ। ਮਾਰ ਕੇ ਦੇਖ ਲਈਏ, ਹੁਣ ਤਾਂ ਪੱਕਾ ਹੋਇਆ ਪਿਆ ਸੀ ਰਹਿਣਾ ਤੇਰਾ, ਟੋਲੇ ਮਾਰ ਮਾਰ ਕੇ ਸਾਰਾ ਸਰੀਰ ਹੀ ਪੱਕਾ ਹੀ। ਤੇ ਠੋਸ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਦੀ ਹੌਸਲਾ ਬਜਾਈ ਹੋ ਸਕੇ ਨਾ। ਮੁੰਡੇ ਦੇ ਵਿੱਚ ਟੈਲੈਂਟ ਹੈ ਅਤੇ ਗਰੀਬ ਘਰ ਨੂੰ ਬਿਲੋਂਗ ਕਰਦਾ, ਅਤੇ ਜਿਹੜੇ ਮਾਂ ਪਿਓ ਨੇ ਮਾਤਾ ਪਿਤਾ ਆਪਾਂ ਕਹਿ ਲਈਏ ਹੈ ਨਾ, ਵੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਨੇ, ਅਤੇ ਯਾਰ ਇਹੋ ਜਿਹੇ ਬੱਚਿਆਂ ਦੀ ਹੈ ਨਾ ਆਪਾਂ ਜ਼ਰੂਰ ਬਾਂਹ ਫੜੀਏ, ਅਤੇ ਕਿਉਂਕਿ ਗਰੀਬੀ ਦੇ ਕਾਰਨ ਕੋਈ ਅੱਗੇ ਨਹੀਂ ਆ ਪਾਉਂਦਾ। ਪਰ ਹੁਣ ਇਹ ਬੱਚਾ, ਪਰ ਇਹਨੂੰ ਸਕੂਲ ਦਾ ਵੀ ਨਹੀਂ ਪਤਾ, ਕਹਿੰਦਾ ਮੈਂ ਸਕੂਲ ਕਿਉਂ ਜਾਵਾਂ ਯਾਰ, ਹਾਲੇ ਇਸਨੂੰ ਪਤਾ ਨਹੀਂ ਹੈਗਾ। ਪਰ ਇਹਨੂੰ ਅਸੀਂ ਦੱਸ ਕੇ ਜਾਵਾਂਗੇ ਵੀ ਸਕੂਲ ਜਾਈਦਾ ਹੁੰਦਾ ਕਾਕੇ, ਸਕੂਲ ਨਹੀਂ ਰਹੀਦਾ ਹੁੰਦਾ, ਠੀਕ ਹੈ? ਸਕੂਲ ਪੱਕਾ ਜਾਣਾ ਕੱਲ੍ਹ ਤੋਂ, ਜਾਏਗਾ? ਹਾਂ ਜੀ। ਦੇਖ ਲੈ, ਜਾਵਾਂਗੇ ਜੀ। ਨਹੀਂ ਅਸੀਂ ਕਹਿ ਦਿੰਦੇ ਹਾਂ, ਤੇਰਾ ਮਾਸਟਰ ਵੀਡੀਓ ਦੇਖੂਗਾ ਤੇਰੀ। ਕਹੀਏ? ਡਰਦਾ ਵੀ ਹੈ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਤੁਸੀਂ ਜੁੜੇ ਹੋ ਬੋਲੀ ਹੋਲੀ ਬਾਬਾ ਦੇ ਨਾਲ, ਮੈਂ ਤੁਹਾਡਾ ਆਪਣਾ ਸੁਖੀ।